ਅੱਜ ਗੁਰੂ ਸਾਹਿਬ ਨਾਲ ਮੈਂ ਦੋ ਦੋ ਹੱਥ ਕਰਾਂਗਾ। ਭਈ ਜਦੋਂ ਆਉਂਦਾ ਵੇਖਿਆ ਗੁਰੂ ਸਾਹਿਬ ਨੇ ਸਾਹਮਣੇ ਲੂਣ ਹਰਾਮੀ, ਉਹਨਾਂ ਉਸੇ ਵੇਲੇ ਕਰ ਲਏ ਤਿਆਰੇ। ਭਈ ਪਹਿਨ ਕੇ ਵਸਤਰ ਸਜਾ ਕੇ ਸ਼ਸਤਰ, ਮੋਢੇ ਤੀਰਾਂ ਵਾਲਾ ਪੱਠਾ ਹੈ, ਕਤਰੇ ਤਿੰਨ ਫੁੱਟੀ ਤਲਵਾਰ ਲਟਕਾਈ ਏ, ਸੋਹਣੇ ਸੀਸ ਤੇ ਸੋਹਣੀ ਦਸਤਾਰ ਸਜਾ ਕੇ, ਉਹ ਉੱਤੇ ਝਲਮਿਲ ਕਰਦੀ ਕਲਗੀ ਲਾ ਕੇ, ਭਈ ਮਾਰ ਕੇ ਭਲਾਕੀ ਮਹਾਰਾਜ ਹੋ ਗਏ ਘੋੜੇ ਦੇ ਉੱਤੇ ਸਵਾਰ। ਭਈ ਘੋੜਾ ਨੱਚਦਾ ਟੱਪਦਾ ਪੜਕਦਾ ਕੁੜਕਦਾ, ਤਕੜ 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 ਕਰਦਾ ਭੱਜਿਆ। ਅੱਜ ਤੋਂ ਲੜਦਾ ਲੜਦਾ ਆਇਆ ਪੈਂਦੇ ਖਾਂ ਗੁਰਾਂ ਦੇ ਸਾਹਮਣੇ। ਭਈ ਪਈਆਂ ਅੱਖਾਂ ਦੇ ਵਿੱਚ ਅੱਖਾਂ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਹਿਣ ਲੱਗੇ ਪੈਂਦੇ ਖਾਂ, ਪਹਿਲਾਂ ਵਾਰ ਕਰ ਲੈ, ਤੇਰੇ ਦਿਲ ਵਿੱਚ ਕੋਈ ਹਸਰਤ ਨਾ ਰਹਿ ਜਾਏ। ਜੇ ਥੋੜੀ ਬਹੁਤੀ ਵੀ ਸ਼ਰਮ ਹੁੰਦੀ ਪੈਂਦੇ ਖਾਂ ਨੂੰ, ਆਪਣੇ ਪਿਓ ਉੱਤੇ ਵੀ ਕੋਈ ਵਾਰ ਕਰਦਾ। ਪਰ ਜਦੋਂ ਕੁੱਤਾ ਹੜਕ ਜਾਏ, ਉਹ ਆਪਣੇ ਮਾਲਕ ਦਾ ਲਿਹਾਜ਼ ਨਹੀਂ ਕਰਿਆ ਕਰਦਾ। ਪੈਂਦੇ ਖਾਂ ਪੂਰੇ ਜੋਸ਼ ਦੇ ਵਿੱਚ ਆਇਆ, ਭਈ ਇਹਨੇ ਕੀਤਾ ਪਹਿਲਾ ਵਾਰ, ਇਹਦਾ ਵਾਰ ਗਿਆ ਖਾਲੀ। ਭਈ ਇਹਨੇ ਕੀਤਾ ਦੂਜਾ ਵਾਰ, ਉਹ ਵੀ ਗਿਆ ਖਾਲੀ। ਜਦੋਂ ਕਰਕੇ ਤੀਜਾ ਵਾਰ ਲੱਗਿਆ ਭੱਜਣ, ਮਹਾਰਾਜ ਨੇ ਬੰਗਾਰਿਆ ਖਾਨਾ ਠਾਰ ਚ। ਉਹ ਕਿੱਥੇ ਚੱਲਿਆ ਸੁੱਤਾ ਸ਼ੇਰ ਜਗਾ ਕੇ, ਤਿੰਨ ਵਾਰ ਕਰ ਚੱਲਿਆ, ਉਹ ਇੱਕ ਸਾਡਾ ਵੀ ਤੇ ਲਈ ਜਾ, ਤੈਨੂੰ ਤੇ ਵਾਰ ਹੀ ਕਰਨਾ ਨਹੀਂ ਆਇਆ। ਵਾਰ ਕਦੇ ਏਦਾਂ ਨਹੀਂ ਵਾਰ।